मंदिर मल्टी स्पेशलिटी हॉस्पिटल दत्तवल नालागढ़ मॉडर्न वेल इक्विप्ड ओटी आईसीयू इमरजेंसी लिथोट्रिप्सी एंड फैसिलिटी फॉर ऑल टाइप ऑफ जनरल सर्जरी लैप्रोस्कोपिक सर्जरी गायने सर्जरी एंड अदर सर्जरी ऑल्सो। मोरिंडा शहर विच जम्मू कश्मीर के कठुआ शहर विच 8 साल की बालड़ी असीफा नां की लड़की नाल कीते गए बलात्कार के दोषियों नूं जल्दी तो जल्दी फांसी की सज़ा दिवाउण दे संबंध विच शहर के वख वख धर्मां दे आगुआं ने मोमबत्तियां बाल के रोस मार्च कढ़िया अते केंद्र की भाजपा सरकार विरुद्ध नारेबाजी की गई। उन्हां मंग की कि असीफा परिवार की मदद की जाए अते दोषियों नूं जल्द तो जल्द फांसी की सज़ा देण दे हुक्म जारी किए जाण तां जो दोष विच बद रहे बलात्कारां दे ठल पै सके देश दे लोग यह कारनामा करन तो डरन। असीफा दे परिवार नाल हरमदर्दी जाहर करदिआं कहा जदों तक इंसाफ नहीं मिलता चट्टान वांग खड़ांगे जेकर दोषियों नूं जल्द तो जल्द फांसी दा सज़ा ना सुनाई गई तां संघर्ष रोष तेज किया जाएगा अते रोष वजों सड़कां ते भी उतरन लई मजबूर होवांगे जिस दी जिम्मेवारी केंद्र दी भाजपा सरकार दी होवेगी। जो जम्मू ਦੇ ਵਿੱਚ ਹੋਇਆ ਤਾਂ ਦੇ ਉਹਦੇ ਵਿਰੁੱਧ ਉੱਤੇ ਸਾਰੇ ਭਾਈ ਸਿੱਖ ਮੁਸਲਿਮ ਸਿੱਖ ਸਾਰੇ ਧਰਮ ਇਕੱਠੇ ਹੋਏ ਨੇ ਨੌਜਵਾਨ ਸਾਰੇ ਮਰਿੰਡੇ ਸ਼ਹਿਰ ਦੇ ਸਾਰੇ ਜੋ ਵੀ ਹੋਇਆ ਬਹੁਤ ਜ਼ਿਆਦਾ ਗਲਤ ਹੋਇਆ ਇਸਦੇ ਖਿਲਾਫ ਅਸੀਂ ਜਿੱਥੇ ਤੱਕ ਵੀ ਸਾਨੂੰ ਸੜਕ ਤੇ ਬੈਠਣਾ ਵੀ ਪੈ ਗਿਆ ਤਾਂ ਬੈਠਾਂਗੇ ਅਸੀਂ ਪਰ ਇਹਨਾਂ ਨੂੰ ਸਜ਼ਾ ਹੋਵੇ ਗ੍ਰਿਫਤਾਰੀ ਤਾਂ ਹੋ ਗਈ ਨਹੀਂ ਤੇ ਸਜ਼ਾ ਹੋਵੇ ਇਹਨੂੰ ਫਾਂਸੀ ਦੀ ਸਜ਼ਾ ਹੋਈ ਤੁਸੀਂ ਸਜ਼ਾ ਫਾਂਸੀ ਦੀ ਸਜ਼ਾ ਬਲਾਤਕਾਰ ਦੇ ਲਈ ਫਾਂਸੀ ਜ਼ਿਆਦਾ ਐਲਾਨ ਕਰਿਆ ਆਪਣਾ ਦੇਸ਼ ਸਭ ਤੋਂ ਪਿੱਛੇ ਹੈ ਜਦੋਂ ਵੀ ਕੋਈ ਰੇਪ ਹੁੰਦਾ ਹੈ ਆਪਣੇ ਦੇਸ਼ ਸਜ਼ਾ ਨਹੀਂ ਹੁੰਦੀ ਬੀਬੀ ਸਾਹਿਬ ਕੇਸ ਚੱਲਦੇ ਆ ਇਹਨਾਂ ਨੂੰ ਇਸ ਮੁੱਦੇ 'ਤੇ ਕੋਈ ਐਕਸ਼ਨ ਲੈਣਾ ਚਾਹੀਦਾ ਨਾਲ ਦੀ ਨਾਲ ਬਾਕੀ ਦੇਸ਼ਾਂ 'ਚ ਫਾਂਸੀ ਆ ਹੋਰ ਸਜ਼ਾ ਬਹੁਤ ਹੈ ਆਪਣੇ ਦੇਸ਼ 'ਚ ਤਾਂ ਹੋਣੀ ਚਾਹੀਦਾ ਕਿ ਰੇਪ ਬੰਦ ਹੋਣ 8 ਸਾਲ ਦੀ ਬੱਚੀ ਕਿਹਾ ਹੁੰਦੀ ਨਾ ਰੇਪ ਹੋਇਆ ਜੀ ਤਾਂ ਬਹੁਤ ਹੀ ਸ਼ੇਮ ਵਾਲੀ ਗੱਲ ਆ ਕਿ ਗਵਰਨਮੈਂਟ ਵੱਲੋਂ ਕੋਈ ਐਕਸ਼ਨ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਜੀ ਜਦਕਿ ਇਹ ਚੀਜ਼ਾਂ ਹੋਣੀ ਚਾਹੀਦੀ ਗਵਰਨਮੈਂਟ ਆਪਣੀ ਚੁੱਪ ਹੈ ਇਹ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਇਹਨਾਂ ਦੇ ਔਲਾਦਾਂ ਆਪਣੇ ਹੈ ਨਹੀਂ ਇਸ ਕਰਕੇ ਇਹ ਜਿਹੜੀਆਂ ਸਜ਼ਾਵਾਂ ਨੇ ਇਹ ਉਹਨਾਂ ਨੂੰ ਦੰਦਾ ਨਹੀਂ ਕਿਤੇ ਕੋਈ ਬਲਾਤਕਾਰ ਹੋ ਰਿਹਾ ਕਦੇ ਬੱਸਾਂ ਚੱਲਦੀਆਂ ਬੱਸਾਂ ਦੇ ਵਿੱਚ ਕਦੇ ਸੜਕਾਂ ਦੇ ਉੱਤੇ ਕਦੇ ਖੇਤਾਂ ਦੇ ਵਿੱਚ ਬਲਾਤਕਾਰ ਹਰ ਜਗ੍ਹਾ ਹੋ ਰਿਹਾ ਇਸ ਕਰਕੇ ਜਿਹੜੇ ਬਲਾਤਕਾਰੀ ਨੇ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਘੱਟੋ ਘੱਟ ਮਤਲਬ ਫਾਂਸੀ ਐਸੀ ਮਤਲਬ ਹੋਇਆ ਜਿਹੜੇ ਲੋਕ ਇਸ ਨੂੰ ਫਾਂਸੀ ਨੂੰ ਦੇਖ ਕੇ ਕੰਬ ਜਾਣ ਅੱਗੇ ਤੋਂ ਬਲਾਤਕਾਰ ਮਤਲਬ ਨਾ ਹੋ ਸਕੇ। ਮਰਿੰਡਾ ਤੋਂ ਮਨਜੀਤ ਸਿੰਘ ਸੋਹੀ ਦੀ ਰਿਪੋਰਟ।